ਸਬਸਕ੍ਰਾਈਬ ਕਰੋ ਜੱਟ ਬਾਬੇ ਟੈਲੀਵਿਜ਼ਨ ਤੇ ਨਾਲ ਹੀ ਇਸ ਬੈੱਲ ਦੇ ਆਈਕਾਨ ਤੇ ਕਲਿੱਕ ਕਰਕੇ ਆਲ ਦੇ ਆਪਸ਼ਨ ਨੂੰ ਵੀ ਦੱਬ ਲਿਓ ਤਾਂ ਕਿ ਤੁਹਾਨੂੰ ਆਪਣੇ ਚੈਨਲ ਤੇ ਅਪਲੋਡ ਹੋਈ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਭੈਣੇ ਭੈਣੇ ਇੱਧਰ ਭੈਣੇ ਠੀਕ ਹੋ ਤੁਸੀਂ? ਠੀਕ ਹੋ? ਫਿਰ ਪਿੱਛੇ ਹੋ ਕੇ ਖੜੇ ਪਏ ਉਹਨੇ ਭੈਣ ਦੇ ਕਹਿੰਦੇ ਮੈਂ ਠੀਕ ਨਹੀਂ। ਦੋਸਤੋ, ਸਿੱਧੂ ਮੂਸੇਵਾਲਾ ਇੱਕ ਇਹੋ ਜਿਹਾ ਕਲਾਕਾਰ ਹੈ ਜਿਸ ਨੂੰ ਕਿ ਸੋਸ਼ਲ ਮੀਡੀਆ ਦੇ ਉੱਪਰ ਪਿਆਰ ਵੀ ਮਿਲਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਹੀ ਉਸ ਨੂੰ ਨਫ਼ਰਤ ਵੀ ਮਿਲਦੀ ਹੈ। ਪਰ ਸਿੱਧੂ ਮੂਸੇਵਾਲਾ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ, ਅਕਸਰ ਆਪਣੀ ਮਸਤ ਚਾਲ ਚੱਲਦਾ ਰਹਿੰਦਾ ਹੈ ਤੇ ਆਪਣੇ ਚਾਹਣ ਵਾਲਿਆਂ ਦੇ ਝੋਲੀ ਨਵੇਂ ਤੋਂ ਨਵੇਂ ਗੀਤ ਲੈ ਕੇ ਆਉਂਦਾ ਰਹਿੰਦਾ ਹੈ। ਪਰ ਸਿੱਧੂ ਮੂਸੇਵਾਲੇ ਦੀ ਇੱਕ ਖਾਸੀਅਤ ਵੀ ਹੈ ਕਿ ਉਹ ਹਥਿਆਰਾਂ ਵਾਲੇ ਗਾਣੇ ਤਾਂ ਜ਼ਰੂਰ ਗਾਉਂਦਾ ਹੈ ਪਰ ਉਸ ਨੇ ਕਦੇ ਵੀ ਕਿਸੇ ਕੁੜੀ ਨੂੰ ਨੀਚਾ ਦਿਖਾਉਣ ਵਾਲਾ ਜਾਂ ਫਿਰ ਉਸ ਨੇ ਕਦੇ ਵੀ ਸ਼ਰਾਬ ਨੂੰ ਪ੍ਰਮੋਟ ਕਰਨ ਵਾਲਾ ਗੀਤ ਅੱਜ ਤੱਕ ਨਹੀਂ ਗਾਇਆ ਹੈ। ਇਸ ਗੱਲ ਤੇ ਸਿੱਧੂ ਮੂਸੇਵਾਲੇ ਦੀ ਸਿਫਤ ਕਰਨੀ ਵੀ ਬਣਦੀ ਹੈ। ਸਿੱਧੂ ਮੂਸੇਵਾਲਾ ਕੁੜੀਆਂ ਦੀ ਕਿੰਨੀ ਰਿਸਪੈਕਟ ਕਰਦਾ ਹੈ, ਇਸ ਦਾ ਇੱਕ ਤਾਜ਼ਾ ਉਦਾਹਰਨ ਹੈ ਜਦੋਂ ਸਿੱਧੂ ਮੂਸੇਵਾਲਾ ਨਿਊਜ਼ੀਲੈਂਡ ਦੇ ਵਿੱਚ ਇੱਕ ਲਾਈਵ ਸ਼ੋਅ ਕਰ ਰਿਹਾ ਸੀ। ਆਡੀਅੰਸ ਦੇ ਵਿੱਚ ਜ਼ਿਆਦਾਤਰ ਮੁੰਡੇ ਸੀ ਅਤੇ ਮੁੰਡਿਆਂ ਦੇ ਵਿੱਚ ਇੱਕ ਕੁੜੀ ਫਸੀ ਹੋਈ ਸੀ ਅਤੇ ਮੰਡੀਰ ਉਸ ਕੁੜੀ ਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ। ਜਦੋਂ ਗਾਉਂਦੇ ਗਾਉਂਦੇ ਸਿੱਧੂ ਮੂਸੇਵਾਲੇ ਦੀ ਨਿਗਾਹ ਉਸ ਕੁੜੀ ਵੱਲ ਪਈ ਅਤੇ ਸਿੱਧੂ ਨੇ ਦੇਖਿਆ ਕਿ ਕੁੜੀ ਬਹੁਤ ਜ਼ਿਆਦਾ ਪਰੇਸ਼ਾਨ ਲੱਗ ਰਹੀ ਹੈ ਤਾਂ ਸਿੱਧੂ ਮੂਸੇਵਾਲੇ ਨੇ ਵਿੱਚੇ ਸਟੇਜ ਰੋਕ ਕੇ ਕੁੜੀ ਨੂੰ ਜਿੰਨਾਂ ਲਫ਼ਜ਼ਾਂ ਨਾਲ ਬੁਲਾਇਆ। ਇਹ ਦੇਖ ਕੇ ਉਹਨਾਂ ਦੇ ਚਾਹੁਣ ਵਾਲੇ ਅਤੇ ਹੇਟਰ ਵੀ ਸਿੱਧੂ ਮੂਸੇਵਾਲੇ ਨੂੰ ਇਸ ਗੱਲ ਤੋਂ ਸ਼ਾਬਾਸ਼ੀ ਦਿੱਤੇ ਬਿਨਾਂ ਨਹੀਂ ਰਹਿ ਸਕੇ। ਹੈਲੋ ਭੈਣੇ ਭੈਣੇ ਇੱਧਰ ਭੈਣੇ ਠੀਕ ਹੋ ਤੁਸੀਂ? ਠੀਕ ਹੋ? ਫਿਰ ਪਿੱਛੇ ਹੋ ਕੇ ਖੜੇ ਮੇਰੇ ਉਹਨੇ ਭੈਣ ਨੇ ਕਹਿੰਦਾ ਮੈਂ ਠੀਕ ਨਹੀਂ ਹੈਗੀ। ਠੀਕ ਹੈ ਨਾ ਮੇਰੇ ਭਰਾ ਬਣ ਕੇ? ਠੀਕ ਹੈ।